ਪੰਜਾਂ ਦਰਿਆਵਾਂ ਦੀ ਧਰਤੀ, ਪੰਜਾਬ ਜਿਸ ਨੂੰ ਦਸਾਂ ਗੁਰੂਆਂ ਦੇ ਪਵਿੱਤਰ ਚਰਨਾਂ ਦੀ ਛੋਹ ਹੈ, ਇਸੇ ਹੀ ਪਵਿੱਤਰ ਧਰਤੀ ਤੇ ਜਨਮ ਹੋਇਆ ਹੈ ਉਸ ਕੌਮ ਦਾ, ਜੋ ਨਾ ਜ਼ੁਲਮ ਕਰਦੀ ਹੈ ਔਰ ਨਾ ਹੀ ਜ਼ੁਲਮ ਸਹਿੰਦੀ ਹੈ, ਨਾ ਭੈ ਦਿੰਦੀ ਹੈ ਔਰ ਨਾ ਹੀ ਕਿਸੇ ਦੇ ਭੈ ਚ ਰਹਿੰਦੀ ਹੈ, ਜੋ ਗਰੀਬਾਂ ਤੇ ਮਜ਼ਲੂਮਾਂ ਲਈ ਹੀ ਬਣੀ ਹੈ, ਇਹ ਕੌਮ ਹੈ ਖੰਡਿਓ ਤਿੱਖੀ ਵਾਲੋ ਨਿੱਕੀ, ਗੁਰੂ ਦੀ ਸਿੱਖੀ ਤੇ ਸਿੱਖੀ ਚੋਂ ਜਨਮ ਲਿਆ ਹੈ ਖਾਲਸੇ ਨੇ। ਜ਼ਾਲਮਾਂ ਬਿਠਾ ਕੇ ਬੰਦ ਬੰਦ ਕੱਟਿਆ, ਕਦੇ ਕੋਈ ਸਿੰਘ ਨਾ ਮੈਦਾਨੋਂ ਨੱਸਿਆ। ਜ਼ਾਲਮਾਂ ਬਿਠਾ ਕੇ ਬੰਦ ਬੰਦ ਕੱਟਿਆ, ਕਦੇ ਕੋਈ ਸਿੰਘ ਨਾ ਮੈਦਾਨੋਂ ਨੱਸਿਆ। ਸਿਰਾਂ ਉੱਤੇ ਧਿਕਾਰ ਦੇਖਿਆ ਚਲਾ, ਸਿਰਾਂ ਉੱਤੇ ਧਿਕਾਰ ਦੇਖਿਆ ਚਲਾ। ਕਾਲਸੇ ਦੀ ਰਹੂ ਸਿੰਘੋ ਚੜ੍ਹਦੀ ਕਲਾ, ਕਾਲਸੇ ਦੀ ਰਹੂ ਸਿੰਘੋ ਚੜ੍ਹਦੀ ਕਲਾ, ਕਾਲਸੇ ਦੀ ਰਹੂ ਸਦ ਚੜ੍ਹਦੀ ਕਲਾ। ਮੌਤ ਦੇਣ ਨੂੰ ਨਾ ਅੱਧ ਤੇ ਵੀ ਗਿਣਿਆ, ਮੌਤ ਦੇਣ ਨੂੰ ਨਾ ਅੱਧ ਤੇ ਵੀ ਗਿਣਿਆ। ਕਿੱਟ ਨਾ ਪਨਾਈ ਗੁੱਡ ਲੈ ਸੀ ਚਲਾ, ਕਿੱਟ ਨਾ ਪਨਾਈ ਗੁੱਡ ਲੈ ਸੀ ਚਲਾ। ਕਾਲਸੇ ਦੀ ਰਹੂ ਸਿੰਘ ਚੜ੍ਹਦੀ ਕਲਾ, ਕਾਲਸੇ ਦੀ ਰਹੂ ਸਿੰਘ ਚੜ੍ਹਦੀ ਕਲਾ, ਕਾਲਸੇ ਦੀ ਰਹੂ ਸਿੰਘ ਚੜ੍ਹਦੀ ਕਲਾ। ਆਈ ਤੋਂ ਰੁਕਿਆ ਨਾ ਖਾਲਸਾ, ਸੀਵੀਆਂ ਚ ਘਰ ਜੱਟ ਦਿੰਦਾ ਏ ਬੁਲਾ,
ਮੇਰੇ ਬਾਜਾਂ ਵਾਲੇ ਕਲੰਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਦੇਸ਼ ਕੌਮ ਦੀ ਰੱਖਿਆ ਲਈ ਕੀ ਕਸ਼ਟ ਨਹੀਂ ਚੱਲੇ, ਜਿਵੇਂ ਮੈਦਾਨੇ ਜੰਗ ਦੌਰਾਨ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵਿੱਚ ਢੀਮ ਦਾ ਸਰਾਣਾ ਲਾ ਕੰਡਿਆਂ ਦੀ ਸੇਜ ਬੱਛਾ ਅਡੋਲ ਸੁੱਤੇ ਪਏ ਹਨ। ਦਰਖਤ ਤੇ ਬੈਠੇ ਦੋ ਪੰਛੀ ਚੱਕਵਾ ਤੇ ਚੱਕਵੀ ਆਪਸ ਵਿੱਚ ਗੱਲਾਂ ਕਰਦੇ ਹਨ। ਠੰਡੇ ਬੁਰਜ ਵਿੱਚ ਵਾਰ ਮਾਤਾ ਠੰਡੇ ਬੁਰਜ ਵਿੱਚ ਵਾਰ ਟੁੱਟੇ ਜਿਗਰ ਦੇ ਚਾਰ ਖਿਲਾਰ ਲੇਖੇ ਧਰਮ ਦੇ ਲਾ ਪਰਿਵਾਰ ਲੇਖੇ ਧਰਮ ਦੇ ਲਾ ਪਰਿਵਾਰ ਨੀ ਕਰਮਾ ਵਾਲੜੀਏ ਇਹ ਦਸਮੇਸ਼ ਪਿਆਨੀ ਇਹ ਦਸਮੇਸ਼ ਪਿਆ ਇਹ ਦਸਮੇਸ਼ ਪਿਆਨੀ ਏ ਦਸਮੇਸ਼ ਪਿਆ ਧਰਮ ਦੇ ਲਾ ਪਰਿਵਾਰ ਨੀ ਕਰਮਾ ਵਾਲੜੀਏ ਇਹ ਦਸਮੇਸ਼ ਪਿਆਨੀ ਇਹ ਦਸਮੇਸ਼ ਪਿਆ ਇਹ ਦਸਮੇਸ਼ ਪਿਆਨੀ ਇਹ ਦਸਮੇਸ਼ ਪਿਆ
ਪਰਿਵਾਰ ਲੇਖੇ ਧਰਮ ਦੇ ਲਾ ਪਰਿਵਾਰ ਉਹ ਬਾਜਾ ਵਾਲੜਿਆ ਤੂੰ ਜੰਗਲੀ ਆਣ ਪਿਆ ਵੇ ਜੰਗਲੀ ਆਣ ਪਿਆ ਤੂੰ ਜੰਗਲੀ ਆਣ ਪਿਆ ਵੇ ਜੰਗਲੀ ਆਣ ਪਿਆ ਤੂੰ ਜੰਗਲੀ ਆਣ ਪਿਆ ਵੇ ਜੰਗਲੀ ਆਣ ਪਿਆ ਵਾਲੇ ਬਾਗ ਦੇ ਅਤਿਆਚਾਰ ਨੂੰ ਵੇਖ ਕੇ ਸਰਦਾਰ ਊਧਮ ਸਿੰਘ ਸੁਨਾਮ ਬਦਲਾ ਲੈਣ ਲਈ ਲੰਡਨ ਜਾ ਪੁੱਜਾ। ਉਸ ਗੋਰੇ ਜਰਵਾਣੇ ਦੀ ਹਿੱਕ ਤੇ ਪੈਰ ਧਰ ਕੇ ਜਲਿਆਂ ਵਾਲੇ ਬਾਗ ਦਾ ਇੱਕ ਇੱਕ ਦ੍ਰਿਸ਼ ਯਾਦ ਕਰਵਾ ਕੇ ਇੱਕ ਇੱਕ ਗੋਲੀ ਨਾਲ ਜ਼ਾਲਮ ਤੇ ਜ਼ੁਲਮ ਨੂੰ ਮਲਿਆ ਮੇਟ ਕਰ ਰਿਹਾ। ਵਿੱਚ ਪੰਜਾਬ ਦੇ ਭਾਲ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਭਾਲ ਦੇ ਖੰਡੇ ਸ਼ਮਸ਼ੀਰਾਂ ਪੰਜਾਬ ਦੇ ਭਾਲ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਭਾਲ ਦੇ ਖੰਡੇ ਸ਼ਮਸ਼ੀਰਾਂ ਡੰਡ ਨੂੰ
ਲਾ ਕੇ ਆਇਆ ਓ ਮੈਂ ਜਲਿਆਂ ਵਾਲੇ ਬਾਗ ਨੂੰ ਸਮਝਾ ਕੇ ਆਇਆ ਓ ਮੈਂ ਸੁਦਾ ਸਾਰ ਵਿੱਚ ਗੋਰਿਆਂ ਅੱਜ ਨਾ ਕੇ ਆਇਆ ਤੇਰੀ ਖੂਨ ਦਾ ਬਦਲਾ ਖੂਨ ਵਿੱਚ ਮਨਵਾ ਕੇ ਆਇਆ ਤੇਰੀ ਜਾਨ ਨੂੰ ਪਈਆਂ ਰੋਂਦੀਆਂ ਓ ਪੰਜਾਬੀ ਹੀਰਾਂ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਦਿਸਿਆ ਨਹੀਂ ਪੰਜਾਬ ਸੀ ਓਏ ਅਕਲ ਦੇ ਅੰਨੇ ਵੀਰਾਂ ਤੱਕੀਆਂ ਦੇ ਪੱਤ ਹੁੰਦੀਆਂ ਅੱਖੀ ਹਮਸ਼ੀਰਾਂ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਪਰ ਪਰ ਪੀਂਦੇ ਰਾਤ ਨੂੰ ਦੁੱਧਾਂ ਦੇ ਛੰਨੇ ਇਸ ਕੌਮ ਦੇ ਨੀਹਾਂ ਚਿਣ ਗਏ ਸੀ ਨੰਨੇ ਨੰਨੇ ਓ ਮੈਂ ਖੇਤਾਂ ਵਾਲਾ ਜੱਟ ਹਾਂ ਮੈਨੂੰ ਦੁਨੀਆ ਮੰਨੇ ਅੱਜ ਦੱਸਾਂਗਾ ਕਿਵੇਂ ਤੁਰੀ ਦੇ ਉਹ ਤੈਨੂੰ ਬੱਲੇ ਬੱਲੇ ਤੇਰਾ ਦੁੱਖ ਨੂੰ ਮਿਟਾਉਣ ਲਈ ਆ ਗਿਆ ਓ ਮੈਂ ਕੱਦ ਵਹੀਰਾ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਗੋਰਿਆ ਤੇਰੀ ਤੰਗੀ ਨੀਤੀ ਸਾਡੀ ਰਹਿਗੀ ਵਿੱਚ ਮਿਆਨ ਦੇ ਹੈ ਭਰੀ ਤੇ ਪੀਤੀ ਆ ਤੱਕ ਲੈ ਆਪਣੀ ਅੱਖ ਨਾਲ ਮਿਟ ਰਹੀਆਂ ਲਕੀਰਾਂ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਪਾਣੀਆਂ ਉਹ ਨਹੀਂ ਲਾਜ ਲਾਉਣੀ ਓ ਫੇਰ ਨਾ ਆਖੀ ਮਾਰ ਗਈ ਮੁੰਡਿਆਂ ਦੀ ਟਾਣੀ ਤੈਨੂੰ ਚੜ੍ਹ ਕੇ ਡੋਬਣ ਆ ਗਏ ਇੰਗਲੈਂਡ ਦੇ ਥਾਣੀ
ਕਿਹੜੇ ਬੱਚੇ ਪੜਿਆ ਕਰਨੀ ਗਿਓ ਤੇਰੀ ਮੌਤ ਕਹਾਣੀ ਸਾਡਾ ਸੀਨਾ ਕੀਤਾ ਛਾਲਣੀ ਤੇਰੇ ਜ਼ੁਲਮ ਦੇ ਤੀਰਾਂ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਤੈਨੂੰ ਵਿੱਚ ਪੰਜਾਬ ਦੇ ਪਹਾੜ ਦੇ ਖੰਡੇ ਸ਼ਮਸ਼ੀਰਾਂ ਚਮਕੌਰ ਦੀ ਗੜੀ ਆਪਣੀ ਤਕਦੀਰ ਨੂੰ ਕੋਸਦੀ ਹੈ। ਐ ਤਕਦੀਰੇ, ਮੈਂ ਦਸਮ ਪਿਤਾ ਤੇ ਉਸ ਦੇ ਪਰਿਵਾਰ ਦੇ ਦਰਸ਼ਨਾਂ ਨੂੰ ਤਾਂ ਲੋਚਦੀ ਸਾਂ, ਪਰ ਇੰਜ ਨਹੀਂ ਜਿਵੇਂ ਤੂੰ ਕਰਵਾਏ। ਤੂੰ ਮੇਰੇ ਨੀਲੇ ਸ਼ਾਹ ਅਸਵਾਰ ਦੇ ਸਾਹਿਬਜ਼ਾਦਿਆਂ ਤੇ ਜਾਨੋ ਪਿਆਰੇ ਸਿੰਘਾਂ ਦੀਆਂ ਲਾਸ਼ਾਂ ਮੇਰੀ ਹਿੱਕ ਤੇ ਢੇਰੀ ਕਰਕੇ ਮੈਨੂੰ ਕੁਲੰਕਣ ਕਰ ਦਿੱਤਾ। ਚਮਕੌਰ ਗੜੀ ਨੈਣਾ ਵਿੱਚ ਲਾਈ ਸੌਣ ਚੜੀ ਡੁਸਕੇ ਨੀ ਚਮਕੌਰ ਗੜੀ ਨੈਣਾ ਵਿੱਚ ਲਾਈ ਸੌਣ ਚੜੀ ਮੈਂ ਲੰਬ ਲਾ ਕੇ ਫੂਕ ਦਿਆ ਲੰਬ ਲਾ ਕੇ ਫੂਕ ਦਿਆ ਤਕਦੀਰ ਤੇਰੇ ਅੱਖਰ ਨੀ ਮੇਰੇ ਬਾਜਾਂ ਵਾਲੇ ਮਾਹੀ ਨੂੰ ਤੂੰ ਤੋਰ ਕਰਕੇ ਫਕਰ ਨੀ ਮੇਰੇ ਕਲਗੀਆਂ ਵਾਲੇ ਸਤਿਗੁਰ ਨੂੰ ਤੂੰ ਤੋਰ ਕਰਕੇ ਫਕਰ ਨੀ ਚੱਕਰ ਨੀ ਮੇਰੇ ਬਾਜਾਂ ਵਾ
ਕੇਸਰ ਹੰਦ ਦੀ ਕੰਦੜੀ ਨੀ ਬਖਸ਼ੀ ਨਾ ਬੁੱਢੜੀ ਅਮੜੀ ਨੀ ਹੂ ਕੇਸਰ ਹੰਦ ਦੀ ਕੰਦੜੀ ਨੀ ਬਖਸ਼ੀ ਨਾ ਬੁੱਢੜੀ ਅਮੜੀ ਨੀ ਤੂੰ ਧੱਕੇ ਦੇ ਕੇ ਮੇਲਾ ਚੋ ਧੱਕੇ ਦੇ ਕੇ ਮੇਲਾ ਚੋ ਮੈਂ ਬਾਜਾ ਲਾਈ ਟੱਕਰ ਨੀ ਮੇਰੇ ਬਾਜਾ ਵਾਲੇ ਮਾਹੀ ਨੂੰ ਤੂੰ ਤੋਰ ਕਰਕੇ ਫਕਰ ਨੀ ਤੇ ਕਲਗੀਆਂ ਵਾਲੇ ਸਤਿਗੁਰ ਨੂੰ ਤੂੰ ਤੋਰ ਕਰਕੇ ਚਰਖੜੀਆਂ ਤੇ ਚੜਨਾ, ਦੇਗਾਂ ਵਿੱਚ ਉਬਾਲੇ ਖਾਣੇ, ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਪਵਾਉਣਾ, ਇਹ ਵਿਸ਼ੇਸ਼ਤਾਵਾਂ ਗੁਰੂ ਦੇ ਸਿੰਘਾਂ ਤੇ ਸਿੰਘਣੀਆਂ ਦੇ ਹਿੱਸੇ ਹੀ ਆਉਂਦੀਆਂ। ਜਿਵੇਂ ਭਾਈ ਤਾਰੂ ਸਿੰਘ ਜੀ ਨੂੰ ਈਨ ਮਨਾਉਣ ਲਈ ਜਰਵਾਣਿਆਂ ਨੇ ਉਸ ਦੀ ਖੋਪਰੀ ਨੂੰ ਰੰਬੀਆਂ ਨਾਲ ਉਤਾਰ ਦਿੱਤਾ। ਲਾਠ ਸਿੰਘ ਸੂਰਮਾ ਸਮਾਧੀ ਬਹਿ ਗਿਆ, ਗੁਰਾਂ ਦਾ ਹੁਕਮ ਸਿਰ ਮੱਥੇ ਸਹਿ ਗਿਆ। ਲਾਠ ਸਿੰਘ ਸੂਰਮਾ ਸਮਾਧੀ ਬਹਿ ਗਿਆ,
ਗੁਰਾਂ ਦਾ ਹੁਕਮ ਸਿਰ ਮੱਥੇ ਸਹਿ ਗਿਆ। ਹੱਥ ਫੜ ਰੰਬੀਆਂ ਜਲਾਦ ਲਿਖਣ ਧਮਕਾਉਣ ਲੱਗੇ ਨੇ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਜਲਾਦ ਹੁਣ ਲਾਉਣ ਲੱਗੇ ਨੇ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਜਲਾਦ ਹੁਣ ਲਾਉਣ ਲੱਗੇ ਨੇ। ਪਹਿਲਾਂ ਸਾਣੀ ਉੱਤੇ ਲਾਲੀਆਂ ਸੀ ਰੰਬੀਆਂ, ਉਹ ਲਾਲੀਆਂ ਸੀ ਰੰਬੀਆਂ। ਖੜ ਕੇ ਜਲਾਦ ਨੇ ਚੜਾਉਂਦੇ ਦੰਦੀਆਂ, ਨੇ ਚੜਾਉਂਦੇ ਦੰਦੀਆਂ। ਉਹ ਹੁਕਮ ਅਰੰਗੀ ਦਾ ਜਲਾਦ ਮੰਨ ਕੇ ਕੈਰੀ ਢਾਉਣ ਲੱਗੇ ਨੇ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਜਲਾਦ ਹੁਣ ਲਾਉਣ ਲੱਗੇ ਨੇ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਜਲਾਦ ਹੁਣ ਲਾਉਣ ਲੱਗੇ ਨੇ। ਰੇਸ਼ਮ ਦੇ ਲੱਚੀਆਂ ਦੇ ਵਾਲ ਸਿੰਘ ਦੇ, ਉਹ ਸੋਹਣੇ ਵਾਲ ਸਿੰਘ ਦੇ। ਇਹ ਤਾਂ ਪਰਾਉਣੇ ਹੁਣ ਝੱਟ ਪਿੰਡ ਦੇ, ਹਾਂ ਝੱਟ ਪਿੰਡ ਦੇ। ਉਹ ਮੱਖਣਾ ਦੇ ਨਾਲ ਜਿਹੜਾ ਪਾਲਿਆ ਸਰੀਰ, ਉਹ ਮਕਾਉਣ ਲੱਗੇ ਨੇ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਜਲਾਦ ਹੁਣ ਲਾਉਣ ਲੱਗੇ ਨੇ। ਉਹ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਜਲਾਦ ਹੁਣ ਲਾਉਣ ਲੱਗੇ ਨੇ। ਵਾਹਿਗੁਰੂ ਨਾਮ ਜਹਾਜ ਹੈ,
ਕਿਧਰੇ ਪਾਰ। ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰ। ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਵਾਹਿਗੁਰੂ ਬੋਲ।
ਇਸ ਦੀ ਕੁਰਬਾਨੀ ਦੀ ਮਿਸਾਲ ਸਮੁੱਚੇ ਸੰਸਾਰ ਦੇ ਕਿਸ ਬੰਦੇ ਦੀ ਅੱਖ ਤੋਂ ਓਹਲੇ ਹੈ। ਜਿਵੇਂ ਸਰਵੰਸਦਾਨੀ ਮੇਰੇ ਹਰ ਦੋ ਆਲਮ ਸ਼ਹਿਨਸ਼ਾਹ ਫਕੀਰ ਬਾਦਸ਼ਾਹ ਦਰਵੇਸ਼ ਦਸਮੇਸ਼ ਪਿਤਾ ਆਪਣੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਇੱਕ ਅਨੋਖੀ ਬਰਾਤ ਲੈ ਕੇ ਵਿਆਹੁਣ ਚੱਲੇ ਹਨ। ਮਰਵਾ ਕੇ ਖੁਸ਼ੀ ਮਨਾਏ ਕੋਈ ਕੋਈ
ਕੋਰ ਹੈ ਟੁਕਾਂ ਲੱਗੀ ਤੀਰਾਂ ਦੀ ਚੜੀ ਮੇਰਾ ਧਰਤੀ ਤੇ ਪੱਬ ਨਾ ਟਿਕੇ ਮੇਰਾ ਧਰਤੀ ਤੇ ਪੱਬ ਨਾ ਟਿਕੇ ਬਰਾਤੀਆਂ ਨੇ ਡੇਰਾ ਮੱਲਿਆ ਦੇਵੋ ਦੇਵੋ ਬੁਧਾਈਆਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਪੜ੍ਹ ਕੇ ਇੱਕ ਕਵੀ ਚਮਕੌਰ ਦੀ ਗੜੀ ਦੇ ਦਰਸ਼ਨਾਂ ਲਈ ਜਾਂਦਾ ਤੇ ਉਸ ਲਹੂ ਰਤੜੀ ਧਰਤੀ ਤੋਂ ਉਸ ਦੀ ਬੀਤੀ ਦਾਸਤਾਂ ਪੁੱਛਦਾ ਹੈ। ਕਵੀ ਸਵਾਲ ਕਰਦਾ ਹੈ ਤੇ ਧਰਤੀ ਜਵਾਬ ਦਿੰਦੀ ਹੈ। ਓਨੀ ਗੜੀਏ ਚਮਕੌਰ ਦੀਏ, ਨੀ ਗੜੀਏ ਚਮਕੌਰ ਦੀਏ, ਦੱਸ ਕੁਨੀ ਸਾਕਾ ਉਹ ਕਿਵੇਂ ਪਿਆ ਦਸਮੇਸ਼ ਦੀ ਜਾਗੀਰ ਤੇ ਡਾਕਾ, ਕਿਵੇਂ ਪਿਆ ਦਸਮੇਸ਼ ਦੀ ਜਾਗੀਰ ਤੇ ਡਾਕਾ। ਪਰ ਪਰੇ ਅੱਖਾਂ ਆਉਂਦੀਆਂ ਦੁੱਖ ਖੋਲ ਸੁਣਾ, ਪਰ ਪਰੇ ਅੱਖਾਂ ਆਉਂਦੀਆਂ ਦੁੱਖ
ਛੱਡ ਕੇ ਸੀ ਸਤਿਗੁਰਿਆ ਬੈਰੀ ਦਲ ਕਿਸ ਤਰ੍ਹਾਂ ਸੀ ਘੇਰੇ ਪਾਏ ਬੈਰੀ ਦਲ ਕਿਸ ਤਰ੍ਹਾਂ ਸੀ ਘੇਰੇ ਪਾਏ Thank you.
ਉਹ ਕਿੱਦਾਂ ਤਾੜੀ ਮਾਰ ਕੇ ਸੀ ਸਤਿਗੁਰ ਚੱਲੇ, ਕਿੱਦਾਂ ਤਾੜੀ ਮਾਰ ਕੇ ਸੀ ਸਤਿਗੁਰ ਚੱਲੇ, ਕੀ ਦੱਸੀ ਪਿੱਛੇ ਰਹਿ ਗਿਆ ਸੀ ਤੇਰੇ ਪੱਲੇ, ਕੀ ਦੱਸੀ ਪਿੱਛੇ ਰਹਿ ਗਿਆ ਸੀ ਤੇਰੇ ਪੱਲੇ। ਜਾਗੀਰ ਤੇ ਡਾਕਾ ਥਰ ਥਰ ਜੀਪਾ ਕੰਬਦੀ, ਤੇ ਕੁਝ ਬੋਲ ਸਕਾ ਹੁੱਕੇ ਮੇ ਪਿਆ ਦਸਮੇਸ਼ ਦੀ ਜਾਗੀਰ ਤੇ ਡਾਕਾ। ਇੱਕ ਸਿੰਘ ਨੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਅਪਵਿੱਤਰਤਾ ਦੀ ਕਹਾਣੀ ਜਾ ਸੁਣਾਈ। ਇਹ ਸੁਣ ਕੇ ਬਾਬਾ ਦੀਪ ਸਿੰਘ ਜੀ ਦੇ ਅੱਖਾਂ ਚ ਆਇਆ ਖੂਨ, ਡੌਲੇ ਫਰਕੇ ਤੇ ਹੱਥ ਗਿਆ ਦੋ ਤਾਰੇ ਖੰਡਿਤ। ਇੱਕ ਚਿੱਤ ਹੋ ਕੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਮੈਨੂੰ ਬਲ ਬਖਸ਼ ਕਿ ਮੈਂ ਜ਼ੁਲਮ ਦੇ ਵਿਰੁੱਧ ਲੜਦਾ ਲੜਦਾ ਜੇ ਸ਼ਹੀਦ ਹੋਵਾਂ ਤਾਂ ਮੇਰੀ ਅੰਤਿਮ ਇੱਛਾ ਹੈ ਕਿ ਮੇਰਾ ਸੀਸ ਤੇਰੇ ਕਦਮਾਂ ਚ ਭੇਟ ਚੜੇ। ਅਕਾਲ ਦਾ ਆਜ਼ਾਦ ਕਰਾਵਾਂ, ਸ੍ਰੀ ਹਰਿਮੰਦਰ ਸਾਹਿਬ ਜਾ ਸਿਰ ਤੇ ਚੜਾਵਾਂ, ਸ੍ਰੀ ਹਰਿਮੰਦਰ ਸਾਹਿਬ ਜਾ ਸਿਰ ਤੇ ਚੜਾਵਾਂ। ਪਾਤਸ਼ਾਹ ਤੇਰਾ ਪਰਵਾਸਾ, ਮੈਂ ਮਾਰਾਂ ਤੇ ਗਾਂ ਸਿੱਧੀਆਂ, ਮਾਰਾਂ ਤੇ ਗਾਂ ਸਿੱਧੀਆਂ ਸਿੱਧੇ ਮੂੰਹ ਖਾਵਾਂ, ਸ੍ਰੀ ਹਰਿਮੰਦਰ ਸਾਹਿਬ ਜਾ ਸਿਰ ਭੇਟ ਚੜਾਵਾਂ, ਸ੍ਰੀ ਹਰਿਮੰਦਰ ਸਾਹਿਬ ਜਾ ਸਿਰ ਭੇਟ ਚੜਾਵਾਂ। ਹੋ ਜਿੰਦੀ ਖੋਲ ਕਮਾਵਾਂ,
ਸਾਹਿਬ ਜਾ ਸਿਰ ਭੇਟ ਚੜਾਵਾਂ ਓ
ਜਿੰਦਾ ਨਾ ਕੋਈ ਨਿਕਲੀ ਜੇ ਸਿੰਘਾਂ ਨਾਲ ਅੜੀ ਕੇ ਓ ਜਿੰਦਾ ਨਾ ਕੋਈ ਨਿਕਲੀ ਜੇ ਸਿੰਘਾਂ ਨਾਲ ਅੜੀ ਕੇ ਓ ਅਮਨ ਰੰਗੀਲੇ ਆਪਣਾ ਅਮਨ ਰੰਗੀਲੇ ਆਪਣਾ ਸਿਰੋਂ ਫਰਜ਼ ਨਿਭਾਵਾ ਸ੍ਰੀ ਹਰਿਮੰਦਰ ਸਾਹਿਬ ਜਾ ਸਿਰ ਤੇ ਚੜਾਵਾ ਫਿਰ ਹੁਣ ਮੰਦਿਰ ਸਾਹਿਬ ਜਾ ਫਿਰ ਤੇ ਚੜਾਵਾ।